ਆ ਮੈਂ ਮੰਡੀ ਗਵਿੰਦਗੜ੍ਹ ਖੜਾ ਜਿਲ੍ਹਾ ਸ਼੍ਰੀ ਫਤੇਗੜ੍ਹ ਸਾਹਿਬ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਕੀ ਧੱਕਾ ਹੋਇਆ ਕਿਹਨੇ ਕੀਤਾ ਕਿਥੇ ਮੁੰਡਾ ਜਿਹੜਾ ਸੀਗਾ ਕੰਮ ਕਰਦਾ ਤੇ ਪਿੰਡ ਦੀ ਪੰਚਾਇਤ ਐਮ ਸੀ ਸਾਹਿਬ ਉਹ ਵੀ ਖੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਆਜੋ ਅੱਗੇ ਆਜੋ ਵੀਰ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਹਰਵੰਦ ਸਿੰਘ ਆ ਜੀ ਕਿਥੇ ਕੰਮ ਕਰਦੇ ਸੀਗੇ ਕੀ ਗੱਲ ਹੋਈ ਆ ਮੈਂ ਰਾਵੀ ਐਚ ਪੀ ਗੈਸ 'ਚ ਕੰਮ ਕਰਦਾ ਸੀ ਜੀ ਜੀ ਤੇ ਸਰ ਮੈਂ ਟੈਂਪੂ ਨਾਮਾ ਲਿਆ ਸੀ 290000 ਦਾ ਜੀ ਜੀ ਮੈਨੂੰ ਰਵੀ ਐਚ ਵੀ ਸਰ ਕਮਲਪ੍ਰੀਤ ਸਰ ਕਹਿੰਦੇ ਵੀ ਮੇਰੇ ਨਾਂ ਤੇ ਲੈ ਲੈ ਤੈਨੂੰ ਜੀਐਸਟੀ ਮਿਲ ਜੂਗੀ 60-70000 ਰੁਪਿਆ ਜਿਹਦੇ ਕੋਲੇ ਕੰਮ ਕਰਦਾ ਸੀ ਉਹਦਾ ਨਾਮ ਕਮਲਪ੍ਰੀਤ ਆ ਹਾਂਜੀ ਹਾਂਜੀ ਉਹਨਾਂ ਦਾ ਨਾਮ ਕਮਲਪ੍ਰੀਤ ਆ ਜੀ ਉਹਨਾਂ ਕੋਲ ਕੰਮ ਕਰਦਾ ਰਿਹਾ ਜੀ ਮੈਂ 14 ਕਿਸ਼ਤਾਂ ਭਰਾਈਆਂ ਤੇ 1,80,000 ਰੁਪਿਆ ਨਗਦ ਦੇ ਦਿੱਤਾ ਹੀ ਤੇ ਇਹ ਸਾਰਾ ਟੈਂਪੋ ਦਾ ਹਾਂਜੀ ਹਾਂਜੀ ਸਰ ਸਰ 2 ਸਾਲ ਦੀਆਂ ਮੈਨੂੰ ਰਿਫਲਾਨੀ ਮਿਲੀਆਂ ਪੈਸੇ ਮੇਰੀ ਕੋਈ ਇਨਸਾਫ ਨਹੀਂ ਹੋ ਰਿਹਾ ਪੁਲਿਸ ਆਏ ਸਰ ਕੋਲ ਜਾਣਾ ਥਾਣੇ 'ਚ 3 ਮਹੀਨੇ ਹੋ ਗਏ ਸਰ ਮੇਰੀ ਸੁਣਵਾਈ ਨਹੀਂ ਹੋ ਰਹੀ ਕੰਮ ਕਾਦਾ ਉਹਨਾਂ ਦਾ ਮੈਂ ਰਵੀ ਸਿਲੰਡਰਾਂ ਦਾ ਕੰਮ ਹੈ ਜੀ ਸਿਲੰਡਰਾਂ ਦਾ ਕੰਮ ਹੈ ਹਾਂਜੀ ਮੈਂ ਡਿਲੀਵਰੀ ਮੈਨ ਚੀ ਜੀ ਇਹ ਵੀਰ ਦਾ ਇਹ ਕਹਿਣਾ ਕਿ ਮੈਂ ਜਿਸ ਗੈਸ ਏਜੰਸੀ ਦੇ ਵਿੱਚ ਦੂਰ ਨਾ ਜਾ ਇੱਥੇ ਖੜ ਮੇਰੇ ਕੋਲੇ ਖੜ ਕੋਲ ਗੈਸ ਏਜੰਸੀ ਦੇ ਵਿੱਚ ਜਿੱਥੇ ਕੰਮ ਕਰਦਾ ਸੀਗਾ ਕਮਲਪ੍ਰੀਤ ਕੋ ਕਮਲਪ੍ਰੀਤ ਸਿੰਘ ਦੇ ਕੋਲੇ ਜਿਹੜਾ ਇਹ ਕੰਮ ਕਰਦਾ ਸੀ ਇਹਨੇ ਜਿਹੜਾ ਟੈਂਪੋ ਲਿਆ ਸੀਗਾ ਉਹ ਮਾਲਕ ਨੇ ਆਪਦੇ ਨਾਂ ਤੇ ਇਹਨੂੰ ਦਵਾਇਆ ਸੀ ਵੀ ਤੈਨੂੰ ਸਸਤਾ ਪਊਗਾ ਕਿਸ਼ਤਾਂ ਜਿਹੜੀਆਂ ਉਹ ਇਹਨੇ ਭਰੀਆਂ ਕੁਝ ਪੈਸੇ ਨੇ ਨਗਦ ਦਿੱਤੇ ਆ ਹੁਣ ਜਦੋਂ ਉਹਦੇ ਨਾਲ ਹਿਸਾਬ ਕਿਤਾਬ ਕੀਤਾ ਕਿੰਨੇ ਪੈਸੇ ਵਾਧੇ ਤੇਰੇ ਮੇਰੇ ਵੱਧਦੇ ਨਹੀਂ ਜੀ 263000 ਆਪ ਹੀ ਕਹਿ ਰਿਹਾ ਜੀ ਮੇਰਾ 3 3.5 ਲੱਖ ਰੁਪਇਆ ਬਣਦਾ ਜੀ ਹੂੰ 2 ਸਾਲ ਦੀਆਂ ਰਿਫਰਾਂ ਨਹੀਂ ਹੂੰ ਟੈਂਪੂ ਦੇ ਪੈਸੇ ਨਹੀਂ ਹੂੰ 263000 ਰੁਪਇਆ ਬਣਦਾ ਟੋਟਲ 2 3 ਲੱਖ ਬਣਦਾ ਜੀ ਮੇਰਾ ਫਿਰ 263 ਦੇ ਰਿਹਾ ਉਹ ਬਾਕੀ ਦੇ ਨਹੀਂ ਰਿਹਾ ਜੀ ਕੋਈ ਵੀ ਪੈਸਾ ਦੇ ਨਹੀਂ ਰਿਹਾ ਜੀ ਗੁਰਦੀਪ ਸਿੰਘ ਦਿਵਾ ਨਹੀਂ ਰਿਹਾ ਜੀ ਗੁਰਦੀਪ ਸਿੰਘ ਕੌਣਾ ਉਹ ਗਟਾਉਣ ਕੀ ਭਰਾਈ ਉਥੇ ਦੇ ਨਹੀਂ ਦੇ ਰਿਹਾ ਜੀ ਮਾਲਕ ਮੰਨਦਾ ਸੀ ਪਰ ਉਹ ਨਹੀਂ ਦੇ ਦਿਵਾ ਰਿਹਾ ਜੀ ਵੀ ਉਹ ਕਿਉਂ ਨਹੀਂ ਦੇਣ ਦੇ ਰਿਹਾ ਉਹ ਕਹਿੰਦਾ ਅਸੀਂ ਨਹੀਂ ਦੇਣੇ ਹੈਗੇ ਵੀ ਜਿੱਥੇ ਮਰਜੀ ਘਮਲਾ ਜਿਹੜਾ ਨਵਾਂ ਡਿਲੀਵਰੀ ਮੈਨ ਰੱਖਿਆ ਜੀ ਇਹਨਾਂ ਨੇ ਉਹ ਕਹਿੰਦੇ ਵੀ ਐਸਐਚ ਨੂੰ 2000 ਰੁਪਏ ਦਿੱਤਾ ਅਸੀਂ 30000 ਹੋਰ ਦੇ ਦਾਂਗੇ ਜਿੱਥੇ ਮਰਜੀ ਘਮਲਾ ਇਹ ਗੱਲ ਕਹਿੰਦੇ ਆ ਜੀ ਹਾਂਜੀ ਹਾਂਜੀ ਇਹ ਕਿ ਐਡ ਡਿਲੀਵਰੀ ਮੈਨ ਨੇ ਜੀ ਬਾਕੀ ਹੋਰ ਮੋਤਵਾਰ ਬੰਦੇ ਖੜੇ ਆ ਉਹਨਾਂ ਦੇ ਨਾਲ ਮੈਂ ਗੱਲਬਾਤ ਆ ਜਿਹੜੀ ਕਰਵਾਉਂਗਾ ਐਮਸੀ ਸਾਹਿਬ ਖੜੇ ਆ ਉਹਨੇ ਨੂੰ ਆਜ ਵੀਰ ਜੀ ਕੀ ਨਾਮ ਆਪਣਾ ਜੀ ਮੈਂ ਜੀ ਬਨੀਤ ਕੁਮਾਰ ਬਿੱਟੂ ਜੀ ਐਮਸੀ ਵਾਰਡ ਨੰਬਰ 22 ਜੀ ਜੀ ਬਿੱਟੂ ਜੀ ਕੀ ਰੌਲਾ ਇਹਨਾਂ ਦਾ ਇਹ ਮੁੰਡਾ ਇੱਥੇ ਕੰਮ ਕਰਦਾ ਤੁਹਾਡੇ ਤਾਂ ਵਾਰਡ ਦਾ ਤੁਹਾਨੂੰ ਪਤਾ ਹੋਊ ਕਿ ਇਦਾਂ ਦਾ ਪਰਵਾਹ ਇਹ ਮੁੰਡਾ ਜੀ ਮੈਂ ਇੱਕ ਦੋ ਵਾਰੀ ਇਹਦੇ ਨਾਲ ਪੰਚਾਇਤ ਤੌਰ ਤੇ ਐਮਸੀ ਤੌਰ ਤੇ ਜਾਣਾ ਪਿਆ ਜੀ ਜਾਣਾ ਵੀ ਹੈ ਜੀ ਫਰਜ਼ ਬਣਦਾ ਮੇਰਾ ਮੇਰੇ ਮਹੱਲੇ ਦਾ ਮੁੰਡਾ ਜੀ ਇਹਦੇ ਨਾਲ ਵੈਸੇ ਜੀ ਗੈਸ ਏਜੰਸੀ ਵਾਲੇ ਇਹਦੇ ਨਾਲ ੱੱਕਾ ਕਰ ਰਹੇ ਨੇ ਜੀ ਇੱਕ ਤੋਂ ਇਹ ਅੱਖਾਂ ਤੋਂ ਕਾਫੀ ਦੀ ਅੱਖਾਂ ਖਰਾਬ ਨੇ ਇਹਨੂੰ ਪਤਾ ਨਹੀਂ ਲੱਗਦਾ ਕਿੱਥੇ ਸਾਈਨ ਕਰਨੇ ਨੇ ਕਿੱਥੇ ਨਹੀਂ ਕੁਛ ਨਹੀਂ ਪਤਾ ਲੱਗਦਾ ਜੀ ਨੂੰ ਜੀ ਇਹ ਅੱਖਾਂ ਦੇ ਵਿੱਚ ਉਹ ਵੀ ਪ੍ਰੋਬਲਮ ਨੇ ਇਹਦੀ ਅੱਖਾਂ ਦੇ ਵਿੱਚ ਉਹ ਇੱਕ ਦੋ ਵਾਰੀ ਮੈਂ ਗਿਆ ਵੀ ਆ ਨਾਲ ਦੋ ਤਿੰਨ ਵਾਰੀ ਸਮਝੌਤੇ ਜਿਗੇ ਆ ਗੱਲ ਨਹੀਂ ਬਣੀ ਕਦੀ ਉਹ ਮੰਨ ਜਾਂਦੇ ਨੇ ਕਿ ਹਾਂ ਜੀ ਅਸੀਂ ਪੈਸੇ ਦੇਣੇ ਨੇ ਕਦੀ ਮੁੱਕਰ ਜਾਂਦੇ ਨੇ ਯਾਨੀ ਜਿੰਨੇ ਪੈਸੇ ਕਹਿ ਰਿਆ 263000 ਉਹ ਮੰਨਿਆ ਮਾਲਕ ਕਰ ਹਾਂ ਇੱਕ ਵਾਰੀ ਮੰਨਿਆ ਜੀ ਸਾਡੇ ਕੋਲੇ ਫਿਰ ਬਾਅਦ ਚ ਫਿਰ ਮੁੱਕਰ ਗਏ ਜੀ ਵੀ ਨਹੀਂ ਦੇਣੇ ਨਹੀਂ ਦੇਣੇ ਜੀ ਕੰਦਾ ਹੀ ਉਲਟਾ ਮੇਰੇ ਨਿਕਲਦੇ ਨੇ ਇਹਦੇ ਕਨੀ ਬਾਅਦ ਚ ਇਹਦੇ ਕਨੀ ਬਕਾਇਆ ਕਰ ਲੈਂਦੇ ਨੇ ਜੀ ਜਦੋਂ ਜਦੋਂ ਟੱਕਾ ਹੋ ਰਿਹਾ ਜੀ ਜਦੋਂ ਤੁਸੀਂ ਚਾਹਦੇ ਉਹਦਾ ਮੰਨ ਜਾਂਦਾ ਹਾਂ ਇੱਕ ਵਾਰੀ ਮੰਨਿਆ ਜੀ ਮੇਰੇ ਸਾਹਮਣੇ ਮੰਨਿਆ ਜੀ 10 ਬੰਦਿਆਂ 'ਚ ਮੰਨਿਆ ਜੀ ਬਾਅਦ ਚ ਮੁੱਕਰ ਗਿਆ ਜੀ ਜੀ 10 ਬੰਦਿਆਂ 'ਚ ਮੰਨਿਆ ਜੀ ਜੀ ਸਾਰੇ ਬੰਦੇ ਆਪਣੇ ਕੋ ਗਵਾਹ ਹਾਜ਼ਰ ਨੇ ਖੜੇ ਨੇ ਜੀ ਅੱਜ ਉਹਨਾਂ ਨੂੰ ਕੰਮ ਹੋ ਗਿਆ ਚਾਰ ਬੰਦਿਆਂ ਨੂੰ ਮੁੱਕਰ ਜੂ ਹਾਂ ਕਰ ਜੂ ਮੁੱਕਰ ਜੂ ਉਹ ਬੰਦਾ ਹੀ ਮੁਕਰਾਉਂਦਾ ਜਿਹੜਾ ਗੁਰਦੀਪ ਸਿੰਘ ਆ ਤੁਹਾਡਾ ਬੇਟਾ ਇਹ ਹਾਂਜੀ ਬੇਟਾ ਗੁਰਦੀਪ ਸਿੰਘ ਉੱਥੇ ਕੌਣ ਆ ਜੀ ਉਹ ਗਦਾਮ ਕੀਪਰ ਆ ਜੀ ਨੇ ਉਹ ਕਿਉਂ ਕਰਾ ਰਿਹਾ ਉਹਦਾ ਕੀ ਕਾਰਨਾ ਹੈ ਉਹ ਬਸ ਤੁਹਾਨੂੰ ਨਹੀਂ ਪਤਾ ਉਹ ਦੂਏ ਲੋਟ ਆ ਕਰਤਾ ਧਰਤਾ ਉੱਥੇ ਦਾ ਤੁਹਾਡਾ ਨਾਮ ਜੀ ਮੇਰਾ ਨੋ ਬਲਵਿੰਦਰ ਸਿੰਘ ਹੈ ਜੀ ਜੀ ਇਹ ਕੀ ਲੱਗਦਾ ਮੇਰਾ ਛੋਟਾ ਬ੍ਰਦਰ ਆਈ ਹੈ ਹਾਂ ਜੀ ਉਹ ਉੱਥੇ ਕੰਮ ਕਰਦਾ ਸਾਰਾ ਕਰਤਾ ਧਰਤਾ ਜੀ ਗੁਰਦੀਪ ਸਿੰਘ ਆ ਹਮ ਸਾਰੇ ਜਿੰਨੇ ਉੱਥੇ ਗੜਾਉਂ ਦੇ ਵਿੱਚ ਕੋਈ ਮਾੜੇ ਚੰਗੇ ਵੀ ਕੰਮ ਕਰਦਾ ਹਮ ਤੇ ਉਹ ਸਾਰੇ ਕਰ ਰਿਹਾ ਹਮ ਹੁਣ ਇਹਦੇ ਦਾ ਕੁੱਟ ਮਾਰ ਵੀ ਉੱਥੇ ਕਰਦਾ ਰਿਹਾ ਇਹਦੀ ਦੋ ਤਿੰਨ ਵਾਰ ਪੱਗ ਵੀ ਲਾ ਲਈ ਗਵਾਹ ਵੀ ਹੈਗੇ ਉਸ ਗੱਲ ਦੇ ਪਰ ਅਸੀਂ ਥਾਣੇ ਜਾਂਦੇ ਸਾਨੂੰ 4 ਮਹੀਨੇ ਹੋ ਗਏ ਇਹਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਜਿਹੜੀ ਰੀਫਲਾਂ ਦੇ ਬਣਦੇ ਸੀ ਉੱਥੇ ਉਹ ਕੱਟ ਲੰਦਾ ਸੀ ਹੁਣ ਇਹਨੇ ਉਹਦੇ ਨਾਲ ਉਹ ਤੇ ਟੈਂਪੂ ਲਿਆ ਉਹ ਮਾਲਕ ਨੂੰ ਕਹਿੰਦਾ ਵੀ ਤੂੰ ਮੇਰੇ ਨਾਮ ਤੇ ਟੈਂਪੂ ਲੈ ਲਾ ਵੀ ਤੈਨੂੰ 70000 ਰੁਪਏ ਜੀਐਸਟੀ ਦਾ ਬਚ ਜੋ ਵੀ ਤੂੰ ਬਾਅਦ ਚ ਆਪਣੇ ਨਾਮ ਕਰਾ ਲਈ ਇਹਨੇ ਕਿਸ਼ਤਾਂ ਭਰਨ ਤੋਂ ਬਾਅਦ ਉਹ ਮੁੱਕਰ ਗਿਆ ਵੀ ਨਹੀਂ ਇਹ ਉੱਥੇ ਨਗਦ ਪੈਸੇ ਫੜਾਇਆ ਹੁੰਦਾ ਜੀ ਆਪਣੇ ਕਾਊਂਟਰ ਤੇ ਮੁੰਡਾ ਜਿਹੜਾ ਬਾਹਰ ਚੱਲੇ ਗਿਆ ਕੀ ਨਾਂਉਂਦੀ ਉਹਦਾ ਗੁਰਦੀਪ ਸਿੰਘ ਗਰਮੀਤ ਗਰਮੀਤ ਸੀਗਾ ਉਹਨਾਂ ਦਾ ਤੇ ਉਹਦੇ ਉਹਨੂੰ ਫੜਾਇਆ ਜਾਂਦਾ ਸੀ ਹੁਣ ਮਾਲਕ ਦੇ ਨਾਂ ਤੇ ਟੈਂਪੂ ਆ ਕਿਸ਼ਤਾਂ ਦਾ ਉਹਦੀਆਂ ਉਹਦੇ ਅਕਾਊਂਟ ਚੋਂ ਹੀ ਜਾਣੀਆਂ ਨੇ ਅਸੀਂ ਨਾ ਇਹ ਨਕਦ ਦੇ ਆਉਂਦਾ ਸੀ ਕਿ ਉਹ ਆਪਣਾ ਨਕਦ ਲੈ ਕੇ ਆਪਣੇ ਅਕਾਊਂਟ ਜਮਾ ਕਰਾ ਦਿੰਦਾ ਸੀ ਉਹਦੇ ਅਕਾਊਂਟ ਚੋਂ ਕਿਸ਼ਤ ਕੱਢਦੀ ਕੱਢਦੀ ਸੀ ਜਦੋਂ ਪੈਸੇ ਤੁਸੀਂ ਨਕਦ ਉੱਥੇ ਦੇ ਕੇ ਆਉਂਦੇ ਸੀ ਉਹਦੀ ਕੋਈ ਰਸੀਦ ਵਗੈਰਾ ਦਿੰਦੇ ਸਨ ਉਹਨਾਂ ਇਹ ਜਿਹੜਾ ਉਹ ਬਣਦਾ ਹੁੰਦਾ ਸੀ ਨਾ ਇਹਦਾ ਆਪਣੇ ਇਹਨਾਂ ਦਾ ਕਮਿਸ਼ਨ ਬਣਦਾ ਸੀ ਉਹ ਉਹਦਾ ਹਿਸਾਬ-ਤਬ ਕਰੇ ਆਉਂਦੇ ਸੀਗੇ ਵੀ ਤੇਰੇ ਕਿੰਨੇ ਇੰਨੇ ਇਹ ਵਧ ਗਏ ਬਾਹਰੋਂ ਤੇਰੇ ਇਸ ਇਸ ਮਹੀਨੇ ਦੇ ਇੰਨੇ ਪੈਸੇ ਬਣਦੇ ਨੇ ਇਹ ਕਹਿੰਦਾ ਜੀ ਮੇਰੇ ਕੱਟ ਲਓ ਮਹੜੋੜੀ ਕਿਸ਼ਤ ਦੇਣੀ ਆ ਇਹ ਕਟਾ ਕੇ ਆ ਜਾਂਦਾ ਸੀ ਉੱਥੇ ਜੀ ਉਹ ਹੁਣ ਅੱਗੇ ਉਹਨਾਂ ਦੇ ਅਕਾਊਂਟ 'ਚ ਸੀਗਾ ਉਹਨਾਂ ਦੇ ਨਾਂ ਟੈਂਪੂ ਸੀ ਉਹਨਾਂ ਨੇ ਅਕਾਊਂਟ 'ਚ ਉਹਨਾਂ ਦੀ ਭਰਨੀ ਆ ਸੀ ਹੁਣ ਅਸੀਂ ਥਾਣੇ ਘਟੋ ਘਟਦੀਆਂ ਅਸੀਂ 5-7 ਵਗਾਇੇ ਪ੍ਰਧਾਨ ਜੀ ਵੀ ਗਏ ਸਾਡੇ ਐਮਸੀ ਕੀ ਕਹਿੰਦੇ ਆ ਥਾਣੇ ਵਾਲੇ ਕੀ ਕਹਿੰਦੇ ਆ ਥਾਣੇ ਵਾਲਿਆਂ ਨੇ ਜੀ ਕੋਈ ਰਿਸਪੌਂਸ ਨਹੀਂ ਦਿੱਤਾ ਹਾਂ ਜਾਣਿਆ ਜੀ ਅਸੀਂ ਮੁੜੇ ਆਉਨੇ ਆ ਉਹ ਆ ਕੇ ਅਸੀਂ ਪਹਿਲਾਂ ਅਸੀਂ ਜਾਂਦੇ ਰਹੇ ਉਹ ਆ ਕੇ ਐਸ ਐਚ ਓ ਸਾਹਿਬ ਨੂੰ ਮਿਲ ਕੇ ਮੁੜ ਜਾਂਦਾ ਸੀ ਅਸੀਂ ਬਾਹਰ ਬੈਠੇ ਰਹਿ ਜਾਂਦੇ ਸੀ ਨਹੀਂ ਕਦੇ ਮਾਲਕ ਨੇ ਥਾਣੇ 'ਚ ਕਦੇ ਮੰਨਿਆ ਤੁਹਾਡੇ ਪੈਸੇ ਦੇਣਾ ਮੰਨਿਆ ਜੀ ਮੰਨ ਕੇ ਗਿਆ ਜੀ ਕਿਹੜੇ ਅਫਸਰ ਕੋਲੇ ਮੰਨਿਆ ਜੀ ਉੱਥੇ ਏ ਐਸ ਆਈ ਸੀ ਜੀ ਮੈਡਮ ਜਸਵੰਤ ਕੌਰ ਉੱਥੇ ਬੈਠ ਕੇ ਹੋਈ ਸਾਰੇ ਉਹ ਐਸ ਐਚ ਓ ਸਾਹਿਬ ਦੀ ਕੇ ਅੰਦਰ ਉਹ ਕਹਿੰਦੇ ਵੀ ਤੁਸੀਂ ਆਪਣੀ ਗੱਲ ਕਰ ਲਓ ਜਿਨੇ ਕੁਝ ਦੇਣਾ ਹੀ ਨਹੀਂ ਉਹ ਮੰਨੇ ਵੀ ਨਾ ਹੂੰ ਉਹ ਮੰਨ ਕੇ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਪਹਿਲਾਂ SIM ਮੇਰੇ ਨਾਂ ਉੱਤੇ ਚੱਲਦਾ ਸੀ ਉਹ 15 ਸਾਲ ਪੁਰਾਣਾ 9855047438 ਉਹ ਮੇਰੇ ਨਾਂ ਉੱਤੇ ਸੀਗਾ ਫਿਰ ਮੈਰੇ ਨਾਂ ਉੱਤੇ ਕਰਾਤਾ ਜੀ ਉਹਨੇ ਜਾਲੀ ਕਾਗਜ਼ ਲਾ ਕੇ ਆਪਣੇ ਨਾਂ ਕਰਾ ਲਿਆ ਫਿਰ ਉਹ ਨਾਂ ਕਰਾਉਣ ਤੋਂ ਬਾਅਦ ਜਿਹੜੀਆਂ ਨੇ ਉੱਪਰ ਐਪਲੀਕੇਸ਼ਨਾਂ ਪਾਈਆਂ ਹੋਈਆਂ ਨੇ ਉੱਪਰ ਜਾਂ ਕੰਪਨੀ ਨੂੰ ਪਾਈਆਂ ਨੇ ਉਹਨੇ ਉਸੇ ਨੰਬਰ ਤੋਂ ਦੁਬਾਰਾ ਭੇਜਤੀਆਂ ਵੀ ਹਾਂ ਸਾਡਾ ਉਹਦੇ ਨਾਲ ਸਮਝੌਤਾ ਹੋ ਗਿਆ ਕੰਪਨੀ ਨੂੰ ਅੱਛਾ ਜੀ ਤੇ ਹੁਣ SIM ਚੱਲ ਰਿਹਾ ਉਹ ਹਾਂ ਚੱਲ ਸਾਡੇ ਕੋਲ ਕੋਈ ਕੰਪਲੀਟ ਕੀਤੀ ਕੋਈ ਹੈ ਪ੍ਰੂਫ ਤੁਹਾਡੇ ਕੋਲ ਲਿਆਓ ਦਿਖਾਓ ਜੀ ਕਿਹੜੇ ਤੋਂ ਬਾਅਦ ਜੀ ਹੁਣ ਇਹ ਉਹਨੇ ਮੂਰਤੀਆਂ ਜਿਹੜਾ ਹੁਣ ਸਾਡਾ ਕੋਈ ਰਿਸ਼ਤੇਦਾਰ ਫੋਨ ਕਰਦਾ ਸੀ ਵੀ ਹਰਵੰਸ ਉਹਨੇ ਕਹਣਾ ਯਾਰ ਉਹ ਤਾਂ ਬੰਦੇ ਹੀ ਵਧੀਆ ਨਹੀਂ ਦੀ ਉਹ ਗੈਸ ਕੱਢਦਾ ਜੀ ਇਹਦੀ ਬਦਨਾਮੀ ਕਰੀ ਜੀ ਵੱਧ ਤੋਂ ਵੱਧ ਹੁਣ ਵੀ ਕਰ ਰਹੇ ਨੇ ਜੀ ਸਬੂਤ ਹੁਣ ਵੀ ਦਿੱਤਾ ਜਾਊਗਾ ਜੀ ਕੋਈ ਕਿਸੇ ਤੋਂ ਫੋਨ ਕਰਾ ਦੰਨੇ ਆ ਵੀ ਕਿਉਂ ਹਟਾਇਆ ਉਹ ਕਹਣਗੇ ਜੀ ਨਹੀਂ ਕੋਈ ਸਬੂਤ ਕਰ ਦਵੇ ਅਸੀਂ ਇਹ ਕੋਈ 1 ਰੁਪਿਆ ਦਾ ਵੀ ਗਲਤ ਬੰਦਾ ਹੋਵੇ ਆ ਜਿਹੜੀ ਇਹਨੇ ਦਰਖਾਸਤ ਦਿੱਤੀ ਆ ਬਰਖਲਾਬ ਕਮਲਪ੍ਰੀਤ ਸਿੰਘ ਮਾਲਕ ਰਾਬਿਆ ਗੈਸ ਏਜੰਸੀ ਵਿਕਾਸਨਗਰ ਮੰਡੀ ਗਵਿੰਦਗੜ੍ਹ ਵੱਲੋਂ ਧੋਖਾਧੜੀ ਕਰਨ ਤੇ ਕਰਨ ਤੇ ਬਣਦੀ ਕਾਰਵਾਈ ਕਰਨ ਦੇ ਸਬੰਧੀ ਇਹ ਜਿਹੜੀ ਦਿੱਤੀ ਇਹਨਾਂ ਨੇ ਥਾਣੇ 'ਚ ਦਿੱਤੀ ਸੀ ਇਹ ਜੀ ਮਾਨ ਜੋਗੇ ਐਸਐਸਪੀ ਸਾਹਿਬ ਜਿਹੜਾ ਸ਼੍ਰੀ ਫਤੇਗੜ੍ਹ ਸਾਹਿਬ ਇਹ ਸਿੰਮ ਦੇ ਸਬੰਧ ਵਿੱਚ ਦਿੱਤੀ ਹੋਈ ਹੈ ਜੀ ਆਹ ਮੋਬਾਈਲ ਨੰਬਰ ਸੀਗਾ ਤੁਹਾਡਾ ਹਾਂਜੀ ਹਾਂਜੀ 98500 ਉਹ ਇਹ ਤਾਂ ਦੂਜਾ ਨੰਬਰ ਆ ਜੀ 98550 ਜੀ ਜੀ 4740 ਉਹ ਨੰਬਰ ਆ ਰਿਹਾ ਜੀ ਇਹ ਇਹਨਾਂ ਨੇ ਜਿਹੜੀ ਕੰਪਲੀਟ ਵੀ ਦਿੱਤੀ ਆ ਕਮਲਪ੍ਰੀਤ ਸਿੰਘ ਦੇ ਜਿਹੜਾ ਰਾਬੀਆ ਗੈਸ ਏਜੰਸੀ ਦਾ ਮਾਲਕ ਆ ਉਦੇ ਖਿਲਾਫ ਵੀ ਜਿਹੜਾ ਇਹਨਾਂ ਦਾ ਕੋਲ ਪੁਰਾਣਾ SIM ਚੱਲਦਾ ਸੀ ਉਸ ਨੇ ਆਪ ਦੇ ਨਾਂ ਕਿਹੜੇ ਤਰੀਕੇ ਨਾਲ ਕਰਾਇਆ ਇਹ ਨਹੀਂ ਪਤਾ ਲੱਗਿਆ ਤੇ ਉਹਦਾ ਹੁਣ SIM ਦਾ ਕੀ ਬਣਿਆ ਕੋਈ ਕੰਪਨੀ ਨੇ ਬੰਦ ਕੀਤਾ ਜਾਂ ਕੁਝ ਨੇ ਬੰਦ ਕਰਕੇ ਜੀ ਦੁਬਾਰਾ ਮਿਲ ਗਿਆ SIM ਅਸੀਂ ਉਹਦੇ ਪਿੱਛੇ ਵੀ ਐਪਲੀਕੇਸ਼ਨ ਦਿੱਤੀ ਅਸੀਂ ਕੋਰਟ 'ਚ ਵੀ ਐਪਲੀਕੇਸ਼ਨ ਪਾਈ ਸੀ ਉਹ ਤੋਂ ਬਾਅਦ ਬਾਵਜੂਦ ਯਾਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਵੀ ਇਹ ਕੋਰਟ ਚੱਲੇ ਨੇ ਕੰਪਨੀ ਨੂੰ ਔਰ ਇਹਦੇ ਡੀਲਰ ਨੂੰ ਰਨ ਬਾਕਾਇਦਾ ਫੋਨ ਕਰਕੇ ਸਾਨੂੰ ਕਿਹਾ ਵੀ ਆਪਣਾ ਨੰਬਰ ਲੈ ਜੀ ਜਿਹੜਾ ਆਟੋ ਆਟੋ ਤੁਸੀਂ ਲਿਆ ਟੈਂਪੂ ਲਿਆ ਜਿਹੜਾ ਏਜੰਸੀ ਚੋਂ ਉਹਦੇ ਕੋਈ ਕਾਜ ਪੱਤਰ ਹੋਰ ਤਾਂ ਤੁਹਾਡੇ ਕੋਲੇ ਹੋਣਗੇ ਕੋਈ ਆ ਭਰੀਓ ਕਿਸ ਤਰ੍ਹਾਂ ਹੀ ਉੱਥੇ ਉੱਥੇ ਵੀ ਜਾਂਦੇ ਰਹੇ ਨੇ ਚਾਰ ਉਹ ਜਦ ਖਰਾਬ ਕਰਦਾ ਸੀ ਨਾ ਇਹ ਟੈਂਪੂ ਖਰਾਬ ਕਰਨ ਲੱਗ ਗਿਆ ਅਸੀਂ ਜਿਹੜੇ ਬੰਦੇ ਉਹ ਕੰਪਨੀ ਵਾਲੇ ਸੁਣਦੇ ਨਹੀਂ ਸੀਗੇ ਮਹਾਲੀ ਅਸੀਂ ਉੱਥੇ ਲੈ ਗਏ ਇੱਕ ਮਿੰਟ ਅਸੀਂ ਮਹਾਲੀ 10 ਬੰਦੇ ਇਕੱਠੇ ਕਰਕੇ ਲੈ ਜਾਂਦੇ ਰਹੇ ਆ ਬਾਬਾ ਸੁਦਰ ਅੰਤਰਦੀਪ ਸਿੰਘ ਜੀ ਵੀ ਜਾਂਦੇ ਰਹੇ ਨੇ ਤੇ ਦੋਲਵਾਂ ਜੀ ਵੀ ਜਾਂਦੇ ਰਹੇ ਨੇ ਮੁੱਖ ਵਾਰ ਬੰਦੇ ਲੈ ਜਾਂਦੇ ਰਹੇ ਏਜੰਸੀ ਚ ਅਸੀਂ ਸ਼ਿੰਗਾਰ ਚ ਕੀਤਾ ਟੈਂਪੂ ਪਿਛੇ ਉਹ ਸਮਾਰ ਦੇਂਦੇ ਉਹ ਵੀ ਖਰਾਬ ਸੀਗਾ ਇਹ ਉੱਥੇ ਫਿਰ ਅਸੀਂ ਖੜਾ ਕੇ ਆਏ ਜੀ ਉਹ ਬੰਦੇ ਉਹ ਵੀ ਗਵਾਹ ਨੇ ਉੱਥੇ ਜਿਹੜੇ ਨਾਲ ਜਾਂਦੇ ਦੀ ਵੀ ਅਸੀਂ ਜਾਂਦੇ ਦੀ ਇਹਦੇ ਨਾਮ ਠੀਕਾ ਮਾਲਕ ਆਪ ਵੀ ਕਹਿੰਦਾ ਜੀ ਮੈਂ ਬਰਵੰਸ ਨੂੰ ਲੈ ਕੇ ਦਿੱਤਾ ਹੈ ਜੀ ਇਹ ਮਾਵਲਾ ਜਿਹੜਾ ਹੈਗਾ ਇਹ ਵੀਰ ਆ ਜਿਹੜਾ ਇਹਨਾਂ ਦੇ ਦੱਸਣ ਦੇ ਮੁਤਾਬਕ ਉੱਥੇ ਜਿਹੜਾ ਇਹ ਕੰਮ ਕਰਦਾ ਸੀ ਏਜੰਸੀ ਦੇ ਵਿੱਚ ਕਿਉਂਕਿ ਜਦੋਂ ਆਪਾਂ ਕਿਸੇ ਕੋਲੇ ਕੰਮ ਕਰਦੇ ਆ ਇਹ ਹੁੰਦਾ ਹੀ ਆ ਤਕਰੀਬਨ ਆਪਾਂ ਮਾਲਕ ਦੀ ਗੱਲ ਨੂੰ ਜਿਹੜਾ ਮੰਨ ਲੈਨੇ ਆ ਮੰਨਣ ਤੋਂ ਬਾਅਦ ਕੀ ਹੋਇਆ ਜਿਸ ਤਰ੍ਹਾਂ ਆਪਾਂ ਨੂੰ ਐਮਸੀ ਸਾਹਿਬ ਖੜੇ ਬਿੱਟੂ ਜੀ ਇਹਨਾਂ ਨੇ ਦੱਸਿਆ ਕਿ ਸਾਡੇ ਕੋਲ ਇੱਕ ਵਾਰੀ ਮਾਲਕ ਆ ਜਿਹੜਾ ਉਹ ਮੰਨਿਆ ਵੀ ਮੈਂ ਇਹਦੇ ਪੈਸੇ ਦੇਣਿਆਂ 263000 ਰੁਪਏ ਠੀਕ ਆ ਥਾਣੇ ਵਾਲੇ ਥਾਣੇ ਦੇ ਵਿੱਚ ਵੀ ਜਿਹੜਾ ਏਐਸਆਈ ਦੇ ਕੋਲ ਉਹ ਮਾਲਕ ਆ ਜਿਹੜਾ ਮੰਨਿਆ ਪਰ ਹਜੇ ਤੱਕ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਕਿਉਂਕਿ ਇਸ ਮਹੱਲੇ ਦੇ ਐਮਸੀ ਖੜੇ ਉਹਨਾਂ ਨੇ ਕਿਹਾ ਕਿ ਇਹ ਗਰੀਬ ਦੇ ਨਾਲ ਧੱਕਾ ਹੋ ਰਿਹਾ ਕਿਉਂਕਿ ਇਹ ਫਿਰ ਬਹੁਤ ਗਲਤ ਆ ਜੇਕਰ ਇਸ ਤਰ੍ਹਾਂ ਹੋ ਰਿਹਾ ਕਿਉਂਕਿ ਕੋਸ਼ਿਸ਼ ਕਰਾਂਗੇ ਕਿ ਰਾਵਿਆ ਗੈਸ ਏਜੰਸੀ ਦੇ ਮਾਲਕ ਕਮਲਪ੍ਰੀਤ ਸਿੰਘ ਦੇ ਨਾਲ ਵੀ رابطہ ਕਾਇਮ ਹੋ ਸਕੇ ਉਹਨਾਂ ਨੇ ਵੀ ਜੇ ਕੋਈ ਆਪ ਦਾ ਪੱਖ ਰੱਖਣਾ ਹੋਇਆ ਉਹਨਾਂ ਦਾ ਪੱਖ ਵੀ ਸੁਣਾਂਗੇ ਵੀ ਉਹ ਕੀ ਕਹਿੰਦੇ ਆ ਪਰ ਇਹ ਜ਼ਰੂਰੀ ਹੋਣਾ ਚਾਹੀਦਾ ਕਿ ਜਿਹੜਾ ਬੰਦਾ ਮਿਹਨਤ ਕਰਦਾ ਕਿਉਂਕਿ ਗਰੀਬ ਦਾ ਇਹੀ ਹੁੰਦਾ ਵੀ ਉਹੀ ਕਮਾਉਣਾ ਤੇ ਉਹੀ ਖਾਣਾ ਇਹ ਜ਼ਰੂਰੀ ਹੁੰਦਾ ਪਰ ਜਦੋਂ ਕੋਈ ਇਸ ਤਰੀਕੇ ਦੇ ਨਾਲ ਕਰਦਾ ਤੇ ਬੰਦਾ ਜਿਹੜਾ ਅਸਲ ਦੇ ਵਿੱਚ ਆਪਣਾ ਟੁੱਟ ਜਾਂਦਾਗਾ ਇਹਨੂੰ ਇਨਸਾਫ ਵੀਰ ਨੂੰ ਮਿਲਣਾ ਚਾਹੀਦਾ ਐਮ ਸੀ ਸਾਹਿਬ ਕਿਹੋ ਜਿਹਾ ਇਨਸਾਫ ਆ ਜਿਹੜਾ ਤੁਸੀਂ ਚਾਹਣੇ ਹੋਣਾ ਚਾਹੀਦਾ ਮੁੰਡੇ ਨਾਲ ਜੀ ਅਸੀਂ ਕਹਿੰਦੇ ਜੀ ਦਾ ਹੱਕ ਇਹਨੂੰ ਮਿਲਣਾ ਚਾਹੀਦਾ ਜਿਹੜਾ ਇਹਨੇ ਗਰੀਬ ਨੇ ਆਪਣਾ ਟੈਂਪੂ ਵੀ ਵਿੱਚ ਰੱਖ ਲਿਆ ਉਹ ਵੀ ਗਿਆ ਜਿਹੜਾ ਇਹਨੇ ਨਵਾਂ ਟੈਂਪੂ ਲਿਆ ਉਹ ਵੀ ਗਿਆ ਜੀ ਇਹਦਾ ਵਿਚਾਰਾ ਬੰਜਾ ਹੋ ਗਿਆ ਨਾ ਕੰਮ ਤੋਂ ਜੀ ਜੀ ਗਰੀਬ ਆਦਮੀ ਵਿਚਾਰਾ ਅੱਖਾਂ ਤੋਂ ਇਹਨੂੰ ਨਹੀਂ ਦਿਖਦਾ ਹੈਗਾ ਜੀ ਪੈਸੇ ਜਾਣੀ ਇਹਨੇ ਪਰੇ ਟੈਂਪੂ ਮਾਲਕੀ ਰੱਖ ਦੇ ਦੇਖੋ ਜੀ ਜੀ ਐਸਟੀ ਦਾ ਇਹਨੂੰ ਲਾਲਚ ਦੇ ਕਿ ਤੇਰੀ GST ਵਾਪਸ ਆ ਜੂਗੀ ਤੂੰ ਆਪਣੇ ਨੌਕਰਾਂ ਉਹਨਾਂ ਨੇ ਆਪਣੇ ਨੌਕਰ ਆ ਲਿਆ ਬਾਅਦ ਚ ਨੌਕਰਾਂ ਤੋਂ ਬਾਅਦ ਇਹ ਕਿਸ਼ਤਾਂ ਵੀ ਭਰਦਾ ਰਿਹਾ ਇਹਨੂੰ ਕੋਈ ਲਿਖਤੀ ਰੂਪ ਚ ਦਿੱਤਾ ਨਹੀਂ ਉਹਨਾਂ ਨੇ ਕੋਈ ਰਸੀਦ ਨਹੀਂ ਦਿੱਤੀ ਇਹ ਆਪਣੇ ਕਮਿਸ਼ਨ ਚੋਂ ਕਟਾਉਂਦਾ ਰਿਹਾ ਹੁਣ ਵਿਚਾਰਾ ਗਰੀਬ ਆਦਮੀ ਕਿੱਥੇ ਜਾਵੇ ਧੱਕਾ ਹੋ ਰਿਹਾ ਗਰੀਬ ਆਦਮੀ ਨਾਲ ਇਹ ਹੋਣਾ ਚਾਹੀਦਾ ਕਿਉਂਕਿ ਇਹਨੂੰ ਲਾਲਚ ਦਿੱਤਾ ਗਿਆ ਕਿ ਤੈਨੂੰ ਜਿਹੜੀ GST ਹੈ ਜਿਵੇਂ ਵੀਰ ਨੇ ਦੇ ਵੱਡੇ ਨੇ ਦੱਸਿਆ ਕਿ 70000 ਰੁਪਏ ਦੀ GST ਤੇਰੀ ਬਚ ਜੂਗੀ ਇਹਨੇ ਭਰੋਸਾ ਕਰਕੇ ਕੋਈ ਕਾਗਜ਼ ਪੱਤਰ ਕੁਛ ਨਹੀਂ ਲਿਆ ਲਿਖਤੀ ਰੂਪ ਕੁਛ ਨਹੀਂ ਲਿਆ ਕਿਉਂਕਿ ਅਸਲ ਦੇ ਵਿੱਚ ਇਹ ਕੰਮ ਲੀਗਲ ਤੌਰ ਤੇ ਵੇਖਿਆ ਜਾਂਦਾ ਪਰ ਭਰੋਸਾ ਵਿਸ਼ਵਾਸ ਵੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਆ ਜਿਹੜਾ ਇਹਦੇ ਨਾਲ ਧੱਕਾ ਹੋਇਆ ਤੇ ਫਿਰ ਆਪਾਂ ਇਹ ਕਹਿ ਸਕਦੇ ਆ ਇਨਸਾਨੀਅਤ ਸ਼ਰਮਸ਼ਾਰ ਹੋਈ ਆ ਬਹੁਤ ਵੱਡਾ ਵਿਸ਼ਵਾਸ ਹੈ ਜਿਹੜਾ ਕੀਤਾ ਸੀ ਕਮਲਪ੍ਰੀਤ ਸਿੰਘ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਕਿ ਉਹ ਇੱਕ ਗੈਸ ਏਜੰਸੀ ਦਾ ਮਾਲਕ ਬਿਜ਼ਨਸਮੈਨ ਬੰਦਾ ਹੈ ਇਹਨਾਂ ਨੇ ਦਿਹਾੜੀ ਕਰਨੀ ਆ ਕੰਮ ਕਰਨਾ ਆ ਉਹਦਾ ਪਰਿਵਾਰ ਪਾਲਣਾ ਉਹਨਾਂ ਨੂੰ ਇਹ ਚੀਜ਼ਾਂ ਤੋਂ ਗਰੇਜ ਕਰਨਾ ਚਾਹੀਦਾ ਜੇਕਰ ਉਹ ਸੋਚਦਾ ਵੀ ਇਹਦੀ ਬੇਇੱਜ਼ਤੀ ਹੁੰਦੀ ਆ ਜਾਂ ਇਹਨੂੰ ਮੈਂ ਇਸ ਤਰੀਕੇ ਦੇ ਨਾਲ ਰੋਲ ਦੂੰਗਾ ਪਰ ਇਹ ਵੀ ਸੋਚੇ ਵੀ ਉਹਦੇ ਕੰਮ ਤੇ ਵੀ ਇਹ ਇੱਕ ਬਹੁਤ ਵੱਡਾ ਤੱਬਾ ਲੱਗੂਗਾ ਕਿਉਂਕਿ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਵੀ ਕੈਮਰੇ ਸਾਹਮਣੇ ਆ ਕੇ ਆਪਦਾ ਦੁੱਖ ਰੋਵੇ ਠੀਕ ਆ ਮਜਬੂਰ ਆ ਵਿਚਾਰੇ ਇਹ ਮੰਡੀ ਗਵਿੰਦਗੜ੍ਹ ਖੜਾ ਮੈਂ ਜਿਹੜਾ ਸ਼ਰੀਫ ਫਤੇਗੜ੍ਹ ਸਾਹਿਬ ਦੇ ਵਿੱਚ ਜੀ ਇਕਵਾਲ ਨਗਰ ਮੰਡੀ ਗਵਿੰਦਗੜ੍ਹ ਦੇ ਵਿੱਚ ਇਹ ਇਕਵਾਲ ਨਗਰ ਆ ਕਿੰਨਾ ਵਾਰਡ ਨੰਬਰ ਵਾਰਡ ਨੰਬਰ 22 ਵਾਰਡ ਨੰਬਰ 22 ਆਗਾ ਠੀਕ ਆ ਇੱਥੇ ਪਰਿਵਾਰ ਦਾ ਡਰੈੱਸ ਵੀ ਮੈਂ ਤੁਹਾਨੂੰ ਦਊਂ ਹਾਂ ਜੀ ਇਹ ਬਾਈ ਵੀ ਨਾਲ ਗਏ ਤੇ ਇਹਨਾਂ ਦੇ ਕੋਲੇ ਵੀ ਮੰਨਿਆ ਹੋਊ ਮੈਂ ਦੇਣੇ ਨੇ ਪੈਸੇ ਇਹ ਤੁਹਾਡੇ ਇੱਥੋਂ ਹੀ ਹੈ ਜੀ ਹਾਂ ਜੀ ਆਹ ਬਾਈ ਨਾਲ ਜੀ ਲਾੜ ਪਰਦੇ ਨੇ ਜੀ ਅੱਗੇ ਹੋ ਜੋ ਜੀ ਬਾਬਾ ਜੀ ਕੀ ਮੰਨਿਆ ਮਾਲਕ ਤੁਹਾਡਾ ਜੀ ਇਹਦੇ ਜਿਹੜਾ ਇਹਨੂੰ ਮੁੰਡਾ ਉੱਥੇ ਇਹ ਕੰਮ ਕਰਦਾ ਸੀ ਇਹਦੇ ਲਈ ਉਹ ਕਹਿੰਦਾ ਜੀ ਮੈਂ ਪੈਸੇ ਦੇਵਾਂ ਉਹਦੇ ਜ਼ਰੂਰ ਦਮ ਮੈਂ ਇਹਨੂੰ ਮੈਂ ਵੀ ਅਖਦਾ ਇਹਦਾ ਇਨਸਾਫ ਕਰੋ ਗਰੀਬ ਬੰਦਾ ਵਿਚਾਰਾ ਹਾਂ ਜੀ ਵੀ ਜੋ ਇਹਦੀ ਮਿਹਨਤ ਬਣਦੀ ਉਹਨੂੰ ਦੇ ਦਿਓ ਪਹਿਲਾ ਮੰਨ ਕੇ ਦੀ ਬਾਤ ਦੇ ਵਿੱਚ ਉਹ ਜਵਾਬ ਦੇਗਾ ਜੀ ਗੁਰਦੀਪ ਸਿੰਘ ਆ ਗਿਆ ਜੀ ਉਹਨੇ ਨਹੀਂ ਦੇਣਾ ਜੀ ਹਾਂ ਗੁਰਦੀਪ ਸਿੰਘ ਨੇ ਨਹੀਂ ਦੇਣ ਦਿੱਤਾ ਜੀ ਐਕਚੁਅਲੀ ਮੈਨੂੰ ਉੱਚੇ ਇਹਨਾਂ ਨੇ ਉਹਨੇ ਦਿੱਤਾ ਜੀ ਲਿਖਤੀ ਰੂਪ ਚ ਨਹੀਂ ਦਿੱਤਾ ਉਹਨੇ ਜੀ ਜੀ ਲਿਖਤੀ ਰੂਪ ਚ ਨਾ ਮੰਨਿਆ ਆਪਣੇ ਕੋਲੇ ਉਹ ਮੂੰਹ ਜਵਾਨੀ ਮੰਨਿਆ ਬਾਅਦ ਚ ਮੁੱਕਰ ਗਏ ਹਾਂ ਜੀ ਏਜੰਸੀ ਨਹੀਂ ਚਲਾਈ ਹੈ ਸਾਰੀ ਏਜੰਸੀ ਇਹਨੇ ਚਲਾਈ ਆ ਕਿਉਂਕਿ ਕੰਮ ਜਦੋਂ ਤੋਂ ਏਜੰਸੀ ਉਹ ਸ਼ੁਰੂ ਹੋਈ ਆ ਉਦੋਂ ਤੋਂ ਇਹ ਵੀਰ ਕੰਮ ਕੀਤਾ ਮਿਹਨਤ ਕੀਤੀ ਕਿਉਂਕਿ ਮਾਲਕ ਨੂੰ ਤੇ ਇਹ ਚੀਜ਼ ਚਾਹੀਦੀ ਆ ਵੀ ਜਿਹੜੀ ਟੀਮ ਹੁੰਦੀ ਆ ਟੀਮ ਬਹੁਤ ਵੱਡੀ ਗੱਲ ਹੁੰਦੀ ਆ ਕਿਉਂਕਿ ਜਿਹੜਾ ਮਾਲਕ ਹੁੰਦਾ ਟੀਮ ਉਹਦੀ ਖੰਭ ਹੁੰਦੀ ਆ ਜੇ ਖੰਭ ਮਜ਼ਬੂਤ ਰਹਿਣਾ ਹਾਂਜੀ ਦੱਸੋ ਜੀ ਇਹ ਹੁਣ ਕਰਕੇ ਖਾ ਰਿਹਾ ਜੀ ਕੰਮ ਕਰ ਰਿਹਾ ਹੋਰ ਏਜੰਸੀ ਚ ਲੱਗਿਆ ਇਹ ਇਹਨੂੰ ਫੇਰ ਵੀ ਨਹੀਂ ਕਰਨ ਦਿੱਤਾ ਜਾਂਦਾ ਜੀ ਕੰਮ ਇਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਦਿਮਾਗੀ ਤੌਰ ਤੇ ਵੀ ਉਦਾਂ ਵੀ ਜੀ ਕੀ ਰੋਕਦੇ ਐ ਨੂੰ ਕੋਈ ਰਸਤੇ ਚ ਰਸਤੇ ਪਿੱਛੇ ਇੱਕ ਦਿਨ ਇਹਦੇ ਉਰੇ ਲਾੜ ਪਰ ਬੰਦੇ ਵਾਏ ਇਹਦੇ ਮਗਰ ਭੇਜੇ ਜੀ ਗੁਰਦੀਪ ਸਿੰਘ ਨੇ ਮੇਰੇ ਮਗਰ ਤੱਕ ਬੰਦੇ ਭੇਜੇ ਜੀ ਮੇਰੇ ਨਾਲ ਮੈਂ 25 ਸਾਲ ਤੋਂ 23 ਸਾਲ ਤੋਂ ਕੰਮ ਕਰਦਾ ਮੇਰੇ ਨਾਲ ਕਿਸੇ ਨੇ ਲੜਾਈ ਨਹੀਂ ਕਰੀ ਹਜੇ ਉੱਥੇ ਆਪਣੇ ਜਸਰਾਂ ਗੁਰਦੁਆਰੇ ਦੇ ਨਾਲ ਆ ਕੇ ਬੰਦਾ ਲੱਭ ਕੇ ਮੇਰਾ ਚਿਹਰਾ ਮੂਹਰਾ ਦੇਖ ਕੇ ਬੰਦਾ ਮੇਰੇ ਨਾਲ ਲੜਿਆ ਮੇਰੀ ਜੇਬ ਚ ਵੀ ਕਹਿਤੀ ਹੁਣ ਇਹਦੇ ਮਗਰ ਵੀ ਗਿਆ ਮੈਂ ਤਾਂ ਚਲ ਦਰਖਾਸਤ ਨਹੀਂ ਦਿੱਤੀ ਮੈਂ ਉਦਾਂ ਦੱਸ ਰਿਹਾ ਹੁਣ ਸਾਡਾ ਕੋਈ ਵੀ ਇਹਦਾ ਕੋਈ ਜਾਨੀ ਮਾਲੀ ਨਕਸਰ ਹੁੰਦੇ ਤਾਂ ਰਾਬੀਏ ਕਹਿੰਦਾ ਮਾਲਕ ਕਮਲਪ੍ਰੀਤ ਤੇ ਉਹਨਾਂ ਦਾ ਗੋਡਾਊਨ ਚਾਰਜ ਗੁਰਦੀਪ ਸਿੰਘ ਬਾਬਾ ਉਹ ਜ਼ਿੰਮੇਵਾਰ ਹੋਣਗੇ ਲਓ ਜੀ ਇਹ ਪਰਿਵਾਰ ਕਿਉਂਕਿ ਵੀਰ ਦੇ ਆਪਰੇਸ਼ਨ ਵੀ ਹੋਇਆ ਨਿਗਾ ਵੀ ਘਟਾ ਇੱਕ ਤਰ੍ਹਾਂ ਦਾ ਇਹ ਰੋਗੀ ਵੀ ਹੈ ਸਰੀਰਕ ਤੌਰ ਤੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਪਰਿਵਾਰ ਨੂੰ ਜਿਹੜਾ ਇਨਸਾਫ ਉਹ ਮਿਲਣਾ ਚਾਹੀਦਾ ਦੂਸਰਾ ਪੱਖ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਪਹੁੰਚ ਕੇ ਉਹ ਕੀ ਕਹਿਣਾ ਚਾਹੁੰਦੇ ਆ ਪਰ ਇਸ ਪਰਿਵਾਰ ਨੂੰ ਇਨਸਾਫ ਆ ਜਿਹੜਾ ਉਹ ਮਿਲਣਾ ਚਾਹੀਦਾ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ